ਅਸੀਂ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਪੰਡਾਲ ਦੇ ਵਿੱਚ ਆਉਣ ਦੀ ਕਿਰਪਾਲਤਾ ਕਰੋ। Yeah.
Let the
छोटा हाथी आ गया करके पंडाल के कृपालता करो अज की महफल का आगाज कर जा रहे हैं। सारी संगत को बेनती है कि जिथे तक भी साड़ी आवाज आती है कोई साडे वीर भैन भरा बाहर पंडाल तो या दरबार तो बाहर जिथे भी आवाज आती है असं बेनती करते हैं कि जल्दी तो जल्दी पंडाल आने की कृपालता करो। अज के इस प्रोग्राम का आगाज कर जा रहे हैं सब तो पहला मक्खन आदेकाली वो बाबा जी दरबार से हाजिरी लगाएंगे एक शब्द के नाल। उस तो बाद मुकेश महेश जी वो भी एक शब्द के नाल बाबा जी दरबार से हाजिरी लगाएंगे। सो सारी संगत के चरणों में बेनती है कि जल्दी तो जल्दी आके पंडाल Thank you.
ਵਕੀਲ ਹੋਣਗੇ ਵਿੱਕੀ ਫਰਵਾਲਾ ਜੀ। ਔਰ ਮੈਂ ਪਾਣੀ ਵਾਲੇ ਵੀਰਾਂ ਨੂੰ ਬੇਨਤੀ ਕਰਾਂ ਕਿ ਜਲਦੀ ਤੋਂ ਜਲਦੀ ਇਸ ਸਟੇਜ ਦੇ ਉੱਪਰ ਸਾਡੇ ਮਜੀਸ਼ੀਅਨ ਵੀਰਾਂ ਵਾਸਤੇ ਪਾਣੀ ਦਾ ਪ੍ਰਬੰਧ ਕਰ ਦਿਓ ਔਰ ਸਟੇਜ ਦੇ ਉੱਪਰ ਪਾਣੀ ਭੇਜ ਦਿੱਤਾ ਜਾਵੇ। ਬਹੁਤ ਬਹੁਤ ਧੰਨਵਾਦ ਕਰਾਂਗੇ, ਬਹੁਤ ਬਹੁਤ ਧੰਨਵਾਦ ਜੀ। ਇਸ ਦੇ ਨਾਲ ਹੀ ਇੱਕ ਗੀਤ ਦੇ ਨਾਲ ਹਾਜ਼ਰੀ ਵਾਲੇ ਨੇ ਥੱਲੇ ਚੰਦ ਤਾਂ ਉੱਤੇ ਤਾਰਾ ਵੀਰ, ਮੈਂ ਆਪਣੇ ਗੀਤ ਲੈ ਕੇ ਨਵੇਂ ਗੀਤ ਆ ਵੀਰੋ। ਥੱਲੇ ਚੰਦ ਤਾਂ ਉੱਤੇ ਤਾਰਾ, ਅੱਲਾ ਦਾ ਨਾਮ ਪਿਆਰਾ, ਅੱਲਾ ਨੀ ਮਾਧਵੀ, ਉਹ ਵੀ ਸੰਗਤਾਂ ਰੂਬਰੂ ਬਾਬਾ ਜੀ ਦੇ ਦਰਬਾਰ 'ਤੇ ਹਾਜ਼ਰ ਹੋਣਗੇ ਇੱਕ ਸ਼ਬਦ ਦੇ ਨਾਲ। ਪਰ ਮੈਂ ਬੇਨਤੀ ਕਰਾਂ ਗਮਟਾਲੀ ਤੋਂ ਮੱਧੋ ਜੀ, ਉਹਨਾਂ ਨੂੰ ਬਾਬਾ ਜੀ ਦੇ ਦਰਬਾਰ ਵੱਲੋਂ ਹੁਕਮ ਹੋਇਆ ਕਿ ਉੱਥੇ ਬੁਲਾ ਰਹੇ ਨੇ ਜਿਹੜੇ ਗਮਟਾਲੀ ਤੋਂ ਬੱਕਰਾ ਲੈ ਕੇ ਆਏ ਹਨ, ਉਹਨਾਂ ਨੂੰ ਬੇਨਤੀ ਹੈ ਕਿ ਜੇ ਸਾਡੀ ਆਵਾਜ਼ ਨੂੰ ਸੁਣਦੇ ਹੋਣ ਤਾਂ ਉਹ ਬਾਬਾ ਜੀ ਦੇ ਦਰਬਾਰ 'ਤੇ ਪਹੁੰਚਣ ਦੀ ਕਿਰਪਾਲਤਾ ਕਰੋ ਇੱਕ ਗੀਤ ਦੇ ਨਾਲ। ਇਸ ਮਾਧਵੀ ਪੰਜਾਬ ਸਾਰੀਆਂ ਸੰਗਤਾਂ ਨੂੰ ਕੀ ਹਾਲ ਹੈ, ਸਾਡੇ ਬੀਬੀ ਗੱਦੀ ਨਸੀਬ ਮਾਤਾ ਨਸੀਬ ਕੌਰ ਜੀ, ਸਾਈਂ ਪ੍ਰੇਮ ਸ਼ਾਹ ਕਾਦਰੀ ਜਿਨ੍ਹਾਂ ਦੀਆਂ ਬਦੌਲਤਾਂ ਮੇਲੇ ਲੱਗ ਰਹੇ ਨੇ, ਮੇਰਾ ਸ਼ਹਿਨਸ਼ਾਹ ਪੂਰੀਆਂ ਕਰ ਸਭ ਦੀਆਂ, ਦਾਦਾ ਚੜ੍ਹਦੀ ਗੱਲ ਵਿੱਚ ਰੱਖੇ, ਔਰ ਸਾਡੇ ਬਲਰਾਜ ਭਾਅ ਜੀ ਜੋ ਕਿ ਬਹੁਤ ਪਿਆਰ ਨਾਲ ਉਸਨੇ ਸ਼ਕਤੀ ਕਰਦੇ ਹਨ, ਸਾਡੇ ਵਿੱਚ ਬਸ ਬਹੁਤ ਅੱਛਾ ਨਾ ਤਾਂ ਮੈਨੂੰ ਪਤਾ ਨਹੀਂ ਕੀ ਹੈ ਨਾ। ਸਾਡੇ ਬਾਬਾ ਪਾਲ ਜੀ, ਉਹਨਾਂ ਵੱਲੋਂ ਬਹੁਤ ਸਾਰਾ ਆਸ਼ੀਰਵਾਦ ਇਸ ਦਰਬਾਰ ਦੇ ਸੇਵਾਦਾਰ ਔਰ ਥੋੜ੍ਹਾ ਜਿਹਾ ਕੀ ਕਿਉਂਕਿ ਸਮਝਾਉਣ ਦੀ ਲੋੜ ਨਹੀਂ, ਦਾਦਾ ਸਰਕਾਰ ਆਪ ਸਭ ਸੰਗਤਾਂ ਜਾਣਦੀਆਂ ਨੇ। ਤੇ ਇਹ ਇਸ਼ਕ ਜਿਹਨਾਂ ਨੂੰ ਲੱਗ ਜਾਂਦਾ ਸੁੱਕ ਜਾਂਦੇ ਨੇ ਵਾਂਗੇ ਉਹ ਕਾਨਿਆਂ ਦੇ, ਕੁੱਝ ਸੁੱਕ ਜਾਂਦੇ ਕੁੱਝ ਮੁੱਕ ਜਾਂਦੇ, ਲੋਕੀ ਮਾਰ ਲੈਂਦੇ ਨਾਲ ਕਾਨਿਆਂ ਦੇ, ਬੰਦੇ ਇਸ਼ਕ ਦੇ ਛੁੱਟਦੇ ਨਾ ਵਿਧੀ ਚੰਡਾ ਤੇ ਕਹਿੰਦੇ ਛੁੱਟ ਜਾਂਦੇ ਜੇ ਖਾਨਿਆਂ ਦੇ। ਅੱਗ ਤੇ ਇਸ਼ਕ ਦਾ ਸੇਕ ਕੀ ਪੁੱਛਦਾ, ਇਸ਼ਕ ਦਾ ਸੇਕ ਵਧੇਰਾ, ਅੱਗ ਤੇ ਸਾਰੇ ਕੱਖ ਤੇ ਕਾਨੇ, ਇਸ਼ਕ ਸਾੜੇ ਦਿਲ ਮੇਰਾ ਤੇਰਾ, ਅੱਗ ਦਾ ਦਾਰੂ ਪਾਣੀ ਸਜਣਾ ਤੇ ਇਸ਼ਕ ਦਾ ਦਾਰੂ ਕਿਹੜਾ, ਗੁਲਾਮ ਫਰੀਦਾ ਉੱਥੇ ਕੱਖ ਨਹੀਂ ਰਹਿੰਦਾ ਜਿੱਥੇ ਇਸ਼ਕ ਨੇ ਲਾ ਲਿਆ।
इश्क की गल है जमाता सरकार इन्हें साइया का इश्क है समझा अल्लाह 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 la la
ਮੇਰੇ ਸ਼ਹਿਰ ਨੂੰ ਬਲੌਕ ਕਰਦੇ ਸ਼ਾਹਕੋਟ ਨੂੰ ਬਹੁਤ ਅੱਛਾ ਕਮਿਸ਼ਨ ਗੁਜ਼ਾਰ ਸਾਡੇ ਸਨੀ ਭਾਜੀ ਸੋਢੀ ਭਾਜੀ ਔਰ ਰਵੀ ਭਾਜੀ ਔਰ ਸਾਡੇ ਵੱਡੇ ਵੀਰ ਕਹਿੰਦੇ ਤੋਂ ਸ਼ੁਕਰਗੁਜ਼ਾਰ ਕਰਦੇ ਹਾਂ ਸਰਕਾਰਾਂ ਦਾ ਸਾਈ ਮੰਮੇ ਸ਼ਾਹ ਜੀ ਔਰ ਸਾਡੀ ਮਾਤਾ ਜੀ ਮਹਾਰਾਜ ਸਿੰਘ ਕੌਰ ਜੀ ਔਰ ਇਸ ਇਲਾਕੇ ਦੇ ਫੇਮਸ ਐਂਕਰ ਵੀਰਬਾਨਾਰ ਜੀ ਔਰ ਸਾਡੇ ਵੱਡੇ ਭਾਜੀ ਕੇਵਲ ਜੀ ਮਾਣ ਨਾ ਕਰੀਏ ਖੁਦਾ ਤੋਂ ਡਰੀਏ ਕਲਮਾ ਸੱਚ ਦਾ ਹਰਦਮ ਪੜ੍ਹੀਏ ਮਾਣ ਨਾ ਕਰੀਏ ਖੁਦਾ ਤੋਂ ਡਰੀਏ ਕਲਮਾ ਸੱਚ ਦਾ ਹਰਦਮ ਪੜ੍ਹੀਏ ਲੋੜ ਕੀ ਯਾਰ ਬੁਰਾਈਆਂ ਦੀ ਜ਼ਿੰਦਗੀ ਵਿੱਚ ਜੋ ਕੁਝ ਵੀ ਮਿਲਿਆ ਇਹ ਸਭ ਰਹਿਮਤ ਸਾਈਆਂ ਦੀ ਇਹ ਸਭ ਰਹਿਮਤ ਸਾਈਆਂ ਦੀ ਪਵਿੱਤਰ ਦਰਬਾਰ ਨਸ਼ਈਆ ਖਾਨਦਨ ਬਾਬਾ ਸੁੱਖੇ ਸ਼ਾਹ ਜੀ ਬਾਬੂ ਗੁਲਾਮ ਸ਼ਾਹ ਜੀ ਸ਼ੇਰ ਸ਼ਾਹ ਵਲੀ ਜੀ ਅੱਜ ਦੇ ਇਸ ਪਵਿੱਤਰ ਸਾਲਾਨਾ ਜੋੜ ਮੇਲੇ ਦੀਆਂ ਸਾਰੀ ਹੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜਿੰਨੇ ਕਦਮ ਵੀ ਤੁਸੀਂ ਚੱਲ ਕੇ ਇਸ ਦਰਬਾਰ 'ਤੇ ਪਹੁੰਚੇ ਹੋ ਸਾਡੇ ਸਿਰ ਮੱਥੇ ਬਾਬਾ ਸੁੱਖੇ ਸ਼ਾਹ ਜੀ ਸਾਰੀਆਂ ਸੰਗਤਾਂ ਦੇ ਇੱਥੇ ਆਉਣ 'ਤੇ ਹਾਜ਼ਰੀਆਂ ਪ੍ਰਵਾਨ ਕਰਨ ਔਰ ਇਸੇ ਤਰ੍ਹਾਂ ਹੀ ਲਗਾਤਾਰ ਸ਼ਾਮ ਤੱਕ ਇਹ ਰੰਗਾਰੰਗ ਪ੍ਰੋਗਰਾਮ ਸੱਭਿਆਚਾਰ ਪ੍ਰੋਗਰਾਮ ਚੱਲਦਾ ਰਹੇਗਾ ਸਾਈਂ ਪੰਮੇ ਸ਼ਾਹ ਜੀ ਮਾਤਾ ਨਸੀਬ ਕੌਰ ਜੀ ਸੰਗਤਾਂ ਨੂੰ ਆਸ਼ੀਰਵਾਦ ਦੇ ਰਹੇ ਨੇ ਮੈਂ ਕਲਾਕਾਰ ਵੀਰਾਂ ਨੂੰ ਬੇਨਤੀ ਕਰਾਂ ਕਿ ਜਿੰਨਾ ਟਾਈਮ ਤੁਹਾਨੂੰ ਦਿੱਤਾ ਜਾਂਦਾ ਹੈ ਪਲੀਜ਼ ਉਸ ਤੋਂ ਜ਼ਿਆਦਾ ਟਾਈਮ ਨਾ ਲਿਆ ਜਾਵੇ ਕਿਉਂਕਿ ਸ਼ਾਮ ਤੱਕ ਬਹੁਤ ਸਾਰੇ ਕਲਾਕਾਰ ਸਾਡੇ ਦਰਮਿਆਨ ਆ ਰਹੇ ਨੇ ਹੁਣ ਮੈਂ ਬੇਨਤੀ ਕਰਾਂ ਇੱਕ ਗੀਤ ਦੇ ਨਾਲ ਸੰਗਤਾਂ ਦੇ ਵਿੱਚ ਹਾਜ਼ਰੀ ਲਵਾ ਰਹੇ ਨੇ ਪ੍ਰਦੀਪ ਮਹੇ ਸਿਰਫ ਇੱਕ ਸ਼ਬਦ ਦੇ ਨਾਲ ਜਿੱਥੇ ਵੀ ਮੇਰੀ ਆਵਾਜ਼ ਨੂੰ ਸਰਕਾਰ ਨੇ ਮੁਝਕੋ ਉਤਨੀ ਮੇਰੀ ਔਕਾਤ ਨਾ ਸੀ ਇਹ ਤੋ ਕਰਮ ਮੇਰੇ ਸਾਹਿਬ ਕਾ ਬਣਾ ਜਿਵੇਂ ਤੇ ਐਸੀ ਬਾਤ ਨਾ
ਜੇ ਤੇਰਾ ਉਹ ਕੁਝ ਨਹੀਂ ਲੱਗਦਾ ਤੂੰ ਕੀ ਉਹ ਤੋਂ ਲੈਣਾ ਜੇ ਤੇਰਾ ਕੁਝ ਲੱਗਦਾ ਨਹੀਂ ਤੈਨੂੰ ਸਭ ਨੂੰ ਦੱਸਣਾ ਪੈਣਾ ਸੀ ਉਹ ਤੇਰਾ ਜਾਵੇ 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 ਜ
ਦਾ ਕੀ ਲੱਗਦਾ ਜਿਹੜਾ ਟਾਈਮ ਦੀ ਕਦਰ ਕਰਾਉਂਦਾ ਉਹ ਤਾਂ ਮੈਨੇਜਰ ਸਾਹਿਬ ਆ ਕੇਵਲ ਭਾਜੀ ਇਸ ਗੱਲਾਂ ਨਹੀਂ ਪਤਾ ਕਿ ਗੀਤ ਕਹਿ ਤਾਂ ਤੇ 10-12 ਮਿੰਟ ਦਾ ਹੀ ਹੋ ਜਾਣਾ ਪੰਤਾਲੀ ਮਿੰਟ ਦਾ ਹੀ ਹੋ ਜਾਂਦਾ ਕਈ ਵਾਰੀ ਗੱਲ ਬਾਹਰ ਵੀ ਤਾਂ ਕਲਾਕਾਰ ਨੂੰ ਆਪਣੇ ਆਪ ਚਾਹੀਦਾ ਸੋਚ ਚਾਹੀਦੀ ਕਿ ਭਾਈ ਸਾਡੇ ਕੋਲ 13 ਕਲਾਕਾਰ ਮੇਨ ਹੈ ਉਹਨਾਂ ਨੂੰ ਵੀ ਟਾਈਮ ਦੇਣਾ ਚਾਹੀਦਾ ਹੁਣ ਜੋ ਇੱਕ ਵੀ ਰਹਿ ਗਿਆ ਤੇ ਸਾਡੀ ਖੈਰ ਨਹੀਂ ਤੇ ਜਿਹੜੇ ਹੋਰ ਆਏ ਅਸੀਂ ਉਹਨਾਂ ਨੂੰ ਇੱਕ 5-5 ਮਿੰਟ ਦੇ ਰਹੇ ਹਾਂ ਤੇ ਕਲਾਕਾਰ ਭੁੱਲ ਜਾਂਦਾ ਗੱਲ ਹੀ ਕੋਈ ਨਹੀਂ ਤੇ ਆਪਣਾ ਉਤਰ ਕੇ ਥੱਲੇ ਚੱਲ ਜਾਣਾ ਥੱਲੇ ਨਹੀਂ ਜਾਣਾ ਚਾਹੀਦੀ ਕਿਤੇ ਇੱਥੇ ਜੋ ਕੁਛ ਆ ਤੁਹਾਨੂੰ ਇੱਥੇ ਆ ਜਾਣਾ ਅੱਜ ਸਰਕਾਰ ਇਸ਼ਾਰਾ ਕਰਨ ਵੀ ਆ ਬਈ ਤੇ ਫਿਰ ਥੱਲੇ ਜਾਣਾ ਨਹੀਂ ਤੇ ਆਪਣੇ ਇੱਥੇ ਜੋ ਟਾਈਮ ਤੁਹਾਡਾ ਹੈਗਾ ਇੱਥੇ ਆਓ ਹਾਜ਼ਰੀ ਭਰੋ ਖੁਸ਼ ਨਸੀਬ ਇਹ ਕਿ ਐਡੇ ਵੱਡੇ ਬਜਟ ਦੇ ਮੈਨੂੰ ਇਸ ਨੂੰ ਹਾਜ਼ਰੀ ਮਿਲ ਰਹੀ ਹੈ ਆਪਣੇ ਨੂਰਮਹਿਲ ਦੇ ਇਲਾਕੇ ਦਾ ਤੇ ਨੂਰਮਹਿਲ ਹਲਕ ਦਾ ਇੱਕ ਮੰਨਿਆ ਹੋਇਆ ਇਤਿਹਾਸਕ ਮੇਲਾ ਨਸ਼ਈਆ ਖਾਨਦਾਨ ਹੈ ਮੁਕੱਦਸ ਦਰਬਾਰ ਹੈ ਹਜ਼ਰਤ ਪੀਰ ਬਾਬਾ ਸਿੱਖੇ ਸ਼ਾਹ ਜੀ ਹਜ਼ਰਤ ਪੀਰ ਬਾਬਾ ਗੁਲਾਬ ਸ਼ਾਹ ਜੀ ਇਤਿਹਾਸਕ ਮੇਲਾ ਹੈ ਇਹਨਾਂ ਤੋਂ 5 ਮਿੰਟ ਦੀ ਹਾਜ਼ਰੀ ਲੱਗ ਗਈ ਸਾਰੇ ਕੋਲ ਦੇਖੋ ਜਮਨਾ ਸਿੰਘ ਹਰਮੇਸ਼ ਸਿੰਘ ਅਲਫਾਜ਼ ਸਾਰੇ ਕਲਾਕਾਰ ਆ ਗਏ ਹੈ ਭਾਈ ਮੈਂ ਕਿਹਾ ਤੁਸੀਂ ਜ਼ੋਨ ਬੈਠ ਕੇ ਸਾਨੂੰ 5-5 ਮਿੰਟ ਕਲਾਕਾਰ ਅਟੈਂਡ ਕਰ ਲਈਏ ਤੇ ਵੈਸੇ ਇਸ਼ਾਰਾ ਕਹਿੰਦੇ ਉਹਨਾਂ ਨੂੰ ਸ਼ੁਰੂ ਕਰ ਦਿਓ ਬਾਕੀ ਬਾਅਦ 'ਚ ਲੱਗ ਜਾਣਗੇ ਬਾਅਦ 'ਚ ਟਾਈਮ ਨਹੀਂ ਆ ਸਕਦਾ 13 ਕਲਾਕਾਰ ਕੋਲ ਟਾਈਮ ਹੋਵੇ ਤੁਹਾਡਾ ਨਹੀਂ ਹੋਣਾ ਇਸ ਕਰਕੇ ਪਹਿਲਾਂ ਆਪਾਂ ਟਾਈਮ ਲਵਾਈਏ ਤੁਹਾਡਾ ਸਾਰਿਆਂ ਦਾ ਤਾਂ ਕਿ ਕੋਈ ਦੱਤ ਮਜੂਸ ਖਾਲੀ ਨਾ ਨਾਸ਼ ਨਾ ਜਾਵੇ ਤੇ ਗਦਰ ਸ਼ੀਨ ਸਾਈਂ ਪਰਮੇਸ਼ਾ ਜੀ ਮਾਤਾ ਨਸੀਬ ਕੌਰ ਜੀ ਉਹਨਾਂ ਦੇ ਬੜੇ ਸ਼ੁਕਰਗੁਜ਼ਾਰ ਹਾਂ ਸੇਵਾਦਾਰ ਸਾਡੇ ਬਾਬੂ ਜੀ ਓਮ ਪ੍ਰਕਾਸ਼ ਜੀ ਅੱਜ ਦੇ ਸਾਡੇ ਮੁੱਖ ਮਹਿਮਾਨ ਸ਼੍ਰੀ ਦੇਸ਼ਰਾ ਜੀ DSP ਸਾਹਿਬ ਤੇ ਉਹ ਤਸ਼ੀਲਦਾਰ ਨੇ ਇਧਰੋਂ ਮੇਲੇ ਦੀ ਸਟੇਜ ਦੀ ਜੋ ਕਿ ਰਹਿਨੁਮਾਈ ਕਰ ਰਹੇ ਨੇ ਮੇਲਾ ਇੰਚਾਰਜ ਸਟੇਜ ਇੰਚਾਰਜ ਬਣੇ ਨੇ ਸਮਰਾ ਸਾਹਿਬ ਸੁਰਿੰਦਰ ਜੀ ਸੋ ਆਓ ਹੁਣ ਮੈਂ 5-5 ਮਿੰਟ ਦੀ ਹਾਜ਼ਰੀ ਸਭ ਦੀ ਦਵਾਵਾਂ ਜਿਹਨੂੰ ਸਰਕਾਰ ਕਰਕੇ ਵੀ ਭਾਈ ਤੂੰ ਹੋਰ ਲਾ ਦੋ ਲਾ ਲਾ ਉਹ ਦੋ ਲਾ ਸਕਦਾ ਪਰ ਸਟੇਜ ਵੱਲੋਂ ਅਸੀਂ ਕੋਸ਼ਿਸ਼ ਕਰੀ ਸਭ ਦੀ ਹਾਜ਼ਰੀ ਲੱਗ ਜਾਵੇ ਇਹ ਸਾਡੀ ਕੋਸ਼ਿਸ਼ ਹੈ ਕਿ ਹੁਣ ਆਪਦੇ ਸੇਵਾ ਸਭ ਦੀ ਨਜ਼ਰ ਹਾਜ਼ਰ ਨੇ ਅਗਲੇ ਕਲਾਕਾਰ ਸੁਖਵੀਰ ਬਿਲਗਾ ਸੋ ਨਾਂ ਲਿਖ ਲੈਣੇ ਸਾਰਿਆਂ ਦਾ ਸੁਖਵੀਰ ਬਿਲਗਾ ਉਹਦੇ ਬਾਅਦ ਚਰਜੀ ਚੀਮਾ ਸੁਰਿੰਦਰ ਡੋਰੀ ਬਿਲਕੁਲ ਤਿਆਰ ਹਨ ਉਹ ਤੋਂ ਸੁਖਦੇਵ ਤੇਜੀ ਹੈ ਉਹ ਤੋਂ ਜੱਸਾ ਵੀਰ ਪਿੰਡ ਹੈ ਬੀਬਾ ਨੀਲੇ ਮੈਂ ਉਸ ਤੋਂ ਬਾਅਦ ਵੀ ਸਗਲਾਣੀ ਹੈ ਤੇ ਇੱਕ 5 ਮਿੰਟ ਦੀ ਹਾਜ਼ਰੀ ਕੀ ਮਤਲਬ ਤੁਹਾਨੂੰ ਸਿਰਫ 2 ਕਹਿਣੇ ਸਰਕਾਰ ਨੇ ਹਾਂ ਉਹਨਾਂ ਦੀ 5 ਮਿੰਟ ਦੀ ਹਾਜ਼ਰੀ ਹੈ ਤੇ ਤੁਸੀਂ 5 ਲੈਣਾ ਹੈ ਚਲੋ 5 ਹੀ ਲੈ ਲਓ ਆਓ ਜੀ ਫਿਰ ਸੇਵਾ ਸਾਜਰ ਕਹਿੰਦੇ ਕੋਈ ਨਹੀਂ ਭਾਈ ਅਸੀਂ ਅੱਗੇ ਪਰੋਂਦੇ ਜਾਣਾ ਬਾਕੀ ਜਾਣਾ ਵੀ ਜ਼ਰੂਰ ਆ ਜਾਣਾ ਹਾਂਜੀ ਆਓ ਇਸ਼ਾਰਾ ਤਾਂ ਸਾਡਾ ਵੀ ਤੁਹਾਡਾ ਇੱਕੋ ਗੱਲ ਆ ਹਾਂਜੀ ਇਤਿਹਾਸਿਕ ਗੱਲ ਹੈ ਨਾ ਇੱਕ ਸਮਝ ਗਿਆ ਮੇਲੇ ਵਿੱਚ ਤੇ ਆਓ ਟਾਈਮ ਨਹੀਂ ਵੇਸਟ ਕਰਨਾ ਅਜੇ ਟਾਈਮ ਵੇਸਟ ਨਾ ਕਰਦੇ ਆਪਣੀ 5 ਮਿੰਟ ਦੀ ਹਾਜ਼ਰੀ ਲਗਾਓ ਮੇਰਾ ਵੀਰ ਹਾਂਜੀ ਸੁਖਵੀਰ ਬਿਲਗਾ ਜੀ ਹਾਂਜੀ ਇੱਥੇ ਕੋਣ ਭਾਜੀ ਡੈਮੇਜ ਗੱਲ ਕਰਦੇ ਅਸੀਂ ਜੀ 5 ਮਿੰਟ ਜੇ ਦੇਖਾਂਗੇ ਚਾਹੇ ਤੁਸੀਂ ਧੰਨਵਾਦ ਕਰ ਲਓ ਚਾਹੇ ਸ਼ੇਅਰ ਲਾ ਲਓ ਜਾਂ ਕੀ ਲਾ ਲਓ ਤੇ ਸਾਡੇ ਕੋਲ 13 ਕਲਾਕਾਰ ਉਹ ਵੀ ਹੈ ਤੇ ਬਾਕੀ ਜਿਹੜੇ 5-7 ਕਲਾਕਾਰ ਇਹ ਵੀ ਹੈ ਅਸੀਂ ਚਾਹੁੰਦੇ ਸਾਰੇ ਹੀ ਹਾਜ਼ਰ ਲੱਗੇ ਆਓ ਜੀ ਹਲੇ ਹਲੇ ਤੇਰੀ ਰੱਬਾ
ਦੀ ਫੌਜੀ ਡਿੱਗੀ ਪੈਣੀ ਏ ਇਹ ਪੈਸੇ ਦੀ ਦੌੜ ਤਾਂ ਗੱਲਾਂ ਚੱਲਦੀ ਰਹਿਣੀ ਤੇਰਾ ਨਾਂ ਲੈ ਕੇ ਲੰਘ ਪਾਰ ਜਾਵਾਂ ਮੈਨੂੰ ਆਸਰਾ ਤੇਰੇ ਨਾਮ ਦਾਈ ਮੈਨੂੰ ਆਸਰਾ ਤੇਰੇ ਨਾਮ ਦਾਈ ਪਾਵੇ ਜੋ ਬਣਦੇ ਇੱਥੇ ਆਵੇ ਉਹ ਮੱਟੀਆਂ ਬਣਾਤਾ ਪਾਵੇ।
ਸਾਡੇ ਵਿੱਚ ਵਿਸ਼ੇਸ਼ ਤੌਰ 'ਤੇ ਸਾਡੇ ਸੱਦੇ 'ਤੇ ਆਏ ਨੇ ਸਾਡੇ ਮੁੱਖ ਸਟੇਜ ਸੰਚਾਲਕ ਸਟੇਜ ਦੀ ਦੁਨੀਆ ਦੇ ਧਨੰਤਰ ਸਟੇਜ ਦੇ ਰੋਸਤਮ ਖਲੀ ਲੁਧਿਆਣਾ ਜੀ ਜ਼ੋਰਦਾਰ ਤਾੜੀਆਂ ਖੂਬਸੂਰਤ ਬੋਲਾਂ ਦੇ ਨਾਲ ਅੱਜ ਉਹ ਬਾਬਾ ਜੀ ਦੇ ਦਰਬਾਰ 'ਤੇ ਸੰਗਤਾਂ ਦੇ ਵਿੱਚ ਹਾਜ਼ਰੀਆਂ ਲਗਾਉਣਗੇ ਸਾਡੇ ਹਰਮੇਸ਼ ਰਸੀਲਾ ਜੀ ਉਹ ਵੀ ਪਹੁੰਚ ਚੁੱਕੇ ਨੇ ਉਹਨਾਂ ਨੂੰ ਵੀ ਵੈਲਕਮ ਆਖਦੇ ਹਾਂ ਜੀ ਆਇਆਂ ਜੀ ਸਾਡੇ ਫਾਸਟਵੇ ਚੈਨਲ ਤੋਂ ਗੁਰਪ੍ਰੀਤ ਉੱਪਲ ਜੀ ਉਹ ਵੀ ਸਵੇਰ ਤੋਂ ਲੈ ਕੇ ਰਾਤ ਤੱਕ ਸੇਵਾ ਕਰਨਗੇ ਇਹ ਫਾਸਟਵੇ ਚੈਨਲ 'ਤੇ ਇਹ ਜੋ ਅੱਜ ਕਵਰਿੰਗ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਮੈਂ ਬੇਨਤੀ ਕਰਾਂ ਪਿੰਡ ਬਹਾਦਰਪੁਰ ਦੀ ਸਾਰੀ ਪੰਚਾਇਤ ਸਰਪੰਚ ਦਵਿੰਦਰ ਜੀ ਭਜਨ ਲਾਲ ਜੀ ਓਮ ਪ੍ਰਕਾਸ਼ ਨੰਬਰਦਾਰ ਜੀ ਜਸਵਿੰਦਰ ਕਲੇਰ ਜੀ ਪਿਆਰਾ ਲਾਲ ਜੀ ਮਧਾਣੂ ਭਜਨ ਜੀ ਸ਼ਿਕਾਰੇ ਰਾਮ ਜੀ ਤੇ ਰਾਮ ਲਵਾਇਆ ਜੀ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜੋ ਮੈਂਬਰ ਇੱਥੇ ਬੈਠੇ ਹਨ ਉਹਨਾਂ ਨੂੰ ਧੰਨਵਾਦ ਵੈਲਕਮ ਜੀ ਹੈ ਔਰ ਜੋ ਬਾਕੀ ਸਾਡੇ ਪੰਚਾਇਤ ਮੈਂਬਰ ਬਾਹਰ ਪੰਡਾਲ ਤੋਂ ਬਾਹਰ ਘੁੰਮ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਓ ਪੰਡਾਲ ਦੇ ਵਿੱਚ ਵਿਰਾਜਮਾਨ ਹੋਵੋ ਤੁਹਾਨੂੰ ਸਾਡੀਆਂ ਅੱਖਾਂ ਅਤੇ ਸਾਡੀਆਂ ਪੱਖਾਂ ਇੰਤਜ਼ਾਰ ਕਰਦੀਆਂ ਨੇ ਮਿਹਰਬਾਨੀ ਜੋ ਵੀ ਕਲਾਕਾਰ ਜਿਹੜੇ ਮੇਰੇ ਵੀਰ ਗੀਤ ਵਾਲੇ ਸੋ ਬੇਨਤੀ ਕੀਤੀ ਮੇਰੀ ਕੋਸ਼ਿਸ਼ ਵੀ ਸਾਰੇ ਕਲਾਕਾਰ ਲੱਗ ਜਾਂਦੇ ਪਰ ਜਿਹੜੇ ਅਨਵਾਈਟਡ ਕਲਾਕਾਰ ਨੇ ਅਨਵਾਈਟ ਕਲਾਕਾਰ ਸਾਡੇ ਕੋਲ ਉਹ ਵੀ ਪਹੁੰਚ ਗਏ ਨੇ ਸੋ ਕਈਆਂ ਗੱਲਾਂ ਦਾ ਅੱਗੇ ਜਾ ਕੇ ਪ੍ਰੋਗਰਾਮ ਹੈ ਕਿਉਂਕਿ ਆਹ ਮੇਲਾ ਹੀ ਮਹੀਨੇ ਦਾ ਇਹ ਸੱਚਾਈ ਆ ਹਕੀਕਤ ਹੈ ਸੋ ਮੇਰੀ ਕੋਸ਼ਿਸ਼ ਕੀ ਹੈ ਮੈਡਮ ਸੁਖਵਿੰਦਰ ਸੌਹਤਾ ਜੀ ਤੋਂ ਸ਼ੁਰੂ ਕਰਾ ਕੇ ਜਿਹੜੇ ਸਾਡੇ ਕੋਲ ਤਿੰਨ ਚਾਰ ਕਲਾਕਾਰ ਨੇ ਜਿੱਦਾਂ ਕਿ ਮਲਕੀਤ ਮਾਹੀ ਜੀ ਆ ਅਸ਼ੋਕ ਸੌਹਤਾ ਜੀ ਆ ਅਤੇ ਜੱਸਾ ਵੀਰ ਪਿੰਡ ਆ ਸ਼ੀਮਾ ਨੀਲਮ ਜੀ ਆ ਸੁਖਦੀਪ ਜੀ ਆ ਇਹ ਪੰਜ ਕਲਾਕਾਰ ਮੈਂ ਕਹਿੰਦਾ ਪੰਜਵਾਂ ਦੁਆਰਾ ਕਲਾਕਾਰ ਫੇਵ ਕਰਨ ਪਰ ਜਿੱਦਾਂ ਤੁਹਾਡਾ ਇਸ਼ਾਰਾ ਹੋਣ ਦਾ ਚੱਲਣਾ ਸੀ ਜਿੱਦਾਂ ਕੋਸ਼ਿਸ਼ ਕਰੋਗੇ ਠੀਕ ਹੈ ਜਗਾਰਾ ਪੀਰ ਬਾਬਾ ਸੁਖੇ ਸ਼ਾਹ ਸਰਕਾਰ ਦਾ ਪੀਰ ਬਾਬਾ ਗੁਲਾਬ ਸ਼ਾਹ ਸਰਕਾਰ ਦਾ ਬੋਲੀਏ ਸੱਚੇ ਦਰਬਾਰ ਕੀ ਜੈ ਸੋ ਬਹੁਤ ਧੰਨਵਾਦੀਆਂ ਸਾਡੀਆਂ ਸਰਕਾਰਾਂ ਦੇ ਸਹੀ ਪੰਮੇ ਸ਼ਾਹ ਜੀ ਸਾਡੀਆਂ ਮਾਤਾ ਜੀ ਨਸੀਬ ਕੌਰ ਜੀ ਸਾਡੇ ਭਾਈ ਸਾਹਿਬ ਇਹਨਾਂ ਦੀ ਆਗਿਆ ਦੇ ਨਾਲ ਸ਼ਹਿਨਸ਼ਾਹ ਦਰਬਾਰ ਉੱਤੇ ਪਹਿਲੀ ਵਾਰੀ ਹਾਜ਼ਰੀ ਕਰਨ ਦਾ ਮੌਕਾ ਮਿਲਿਆ ਸਾਰੀ ਸੰਗਤ ਨੂੰ ਅੱਜ ਦੇ ਸਾਲਾਨਾ ਜੋੜ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਭਾਈ ਸੂਰਜ ਵੀ ਰੱਖ ਲਈ ਲੰਘਦਾ ਸਾਰੀ
Yeah.
ਸ਼ੁਕਰ ਹੈ ਸੱਚੀ ਸਰਕਾਰ ਦਾ ਬੋਲੀ ਸੱਚੀ ਪਰਮਾਤਮਾ ਥੈਂਕ ਯੂ ਧੰਨਵਾਦ ਜੀ ਮੈਨੂੰ ਯਾਦਾਂ ਤੇਰੀਆਂ ਆਉਂਦੀਆਂ ਨੇ ਇੱਕ ਵਾਰ ਜ਼ੋਰਦਾਰ ਤਾੜੀਆਂ ਬਾਬਾ ਜੀ ਦੇ ਦਰਬਾਰ ਤੇ ਜਿੰਨੋਂ ਆਪਾਂ ਤਾੜੀਆਂ ਲਾਵਾਂਗੇ ਆਪਣੀ ਹਾਜ਼ਰੀ ਫੇਰੀ ਲੱਗਣੀਆਂ ਨਹੀਂ ਤਾਂ ਆਪਾਂ ਹਾਜ਼ਰ ਹੁੰਦਿਆਂ ਵੀ ਗੈਰ ਹਾਜ਼ਰ ਹੋ ਜਾਣਾ ਆਪਾਂ ਬਾਬਾ ਜੀ ਦਰਬਾਰ ਤੇ ਹਾਜ਼ਰੀ ਲਗਵਾਉਣੀਆਂ ਸਰਪੰਚ ਸਾਹਿਬ ਖੁਸ਼ ਆਮਦੀ ਮੋਸਟ ਵੈਲਕਮ ਜੀ ਐਂਡ ਹੋ ਜੀ ਪੂਰੀ ਸਰਪੰਚ ਦੇ ਸ਼ੁਕਰ ਗੁਜ਼ਾਰ ਹੈ ਧੰਨਵਾਦੀ ਆ ਰਾਜੀਵ ਬਾਬਾ ਜੀ ਡੋਡੋਵਾਲ ਤੋਂ ਤਸ਼ਰੀਫ ਲੈ ਰਹੇ ਉਹਨਾਂ ਦੇ ਕਦਮਾਂ ਨੂੰ ਅਸੀਂ ਸਲਾਮ ਸਜਦਾ ਕਹਿੰਦੇ ਹੋਏ ਨਮਸਕਾਰ ਨਮਨ ਹੁੰਦੇ ਹਨ ਨਤਮਸਤਕ ਹੁੰਦੇ ਆ ਉਹਨਾਂ ਕਦਮਾਂ ਦੇ ਚਰਨਾਂ ਦੇ ਬੜੇ ਸ਼ੁਕਰ ਗੁਜ਼ਾਰ ਬਹੁਤ ਧੰਨਵਾਦੀ ਹੈ ਜਿਹਨੇ ਰਾਮ ਸਦਕਾ ਹੁਣ ਸਾਡੀ ਸੇਵਾ 'ਚ ਹਾਜ਼ਰ ਨੇ ਹਰਮੇਸ਼ ਰਸੀਲਾ ਜੀ ਉਹਨਾਂ ਬਾਅਦ ਸਾਡੇ ਕੋਲ ਸ਼ਹਿਜ਼ਾਦਾ ਰਾਜ ਚੰਡੀਗੜ੍ਹ ਗੁਰਮੁਖੀ ਲੈਬਰੇ ਸਪੀਰ ਹੈਪੀ ਲੜੂਆਤ ਇਹ ਸਾਰੇ ਕਲਾਕਾਰ ਨੇ ਇਹਨਾਂ ਦੇ ਵਿੱਚ ਵਿੱਚ ਆਪਾਂ ਇੱਕ ਕਲਾਕਾਰ ਕੱਢੀ ਗਿਆ ਠੀਕ ਹੈ ਜਿਹੜੇ ਬੈਠੇ ਕੋਸ਼ਿਸ਼ ਕਰਨੀ ਹੈ ਮਾਹੀ ਸਾਹਿਬ ਬੈਠੇ ਨੇ ਇਹ ਦੇਖੋ ਬਲਕੀਰ ਮਾਹੀ ਜੀ ਅਸ਼ੋਕ ਸੋਤਾ ਜੀ ਦੀਪ ਸਗਲਾਣੀ ਔਰ ਸੁਖਦੇਵ ਸਿੰਘ ਜੀ ਜੱਸਾ ਵੀਰ ਭੈਣ ਬੀਬਾ ਨੀਲਮ ਇਹ ਪੰਜ ਕਲਾਕਾਰ ਕਹਿੰਦੇ ਪਹਿਲਾਂ ਲਾ ਰਹੀ ਹੈ ਪਰ ਤੁਹਾਡੀ ਮਜ਼ਬੂਰੀ ਅੱਗੇ ਜਾਣਾ ਔਰ ਜਿਹੜੀ ਵੀ ਸੰਗਤ ਆਈ ਹੈ ਔਰ ਜਿੰਨੀ ਵੀ ਸੰਗਤ ਦੇਸ਼ਾਂ ਵਿਦੇਸ਼ਾਂ ਵੱਸਦੀ ਹੈ ਆਸੇ ਪਾਸੇ ਨਗਰਾਂ ਵੱਸਦੀ ਹੈ ਸਾਰੇ ਪਿੰਡ ਦੀਆਂ ਸਮੂਹ ਸੰਗਤਾਂ ਦਾ ਪਿਆਰ ਹੈ ਸਹਿਯੋਗ ਹੈ ਬਹੁਤ ਵੱਡੀ ਗੱਲ ਹੈ ਸੰਗਤਾਂ ਦਾ ਸਹਿਯੋਗ ਹੈ ਸੰਗਤਾਂ ਦਾ ਪਿਆਰ ਹੈ ਮੁਹੱਬਤ ਹੈ ਹੁਣ ਸਾਰੀ ਸੰਗਤਾਂ ਦੇ ਸਹਿਯੋਗ ਨੂੰ ਅਸੀਂ ਸਿਰ ਮੱਥੇ ਕਬੂਲ ਕਰਦੇ ਹਾਂ ਸਾਰੀ ਸੰਗਤਾਂ ਦੇ ਧੰਨਵਾਦੀ ਸ਼ੁਕਰਗੁਜ਼ਾਰ ਹਾਂ ਜਿੰਨੀ ਵੀ ਸਾਰੀਆਂ ਸਮੂਹ ਸੰਗਤਾਂ ਨੇ ਬੜੇ ਸ਼ੁਕਰਗੁਜ਼ਾਰ ਅੱਜ ਸ਼ੁਕਰਗੁਜ਼ਾਰੀ ਵਿੱਚ ਆਪਸਾ ਜ਼ਰੂਰ ਹੁਣ ਜਾ ਰਹੇ ਹਾਂ ਵਫਾ ਕਲਾਕਾਰ ਸਭ ਪਹੁੰਚ ਰਹੇ ਨੇ ਲੇਖੀ ਬਣ ਰਹੀ ਹੈ ਖਲੀ ਸਾਹਿਬ ਦਾ ਇਸ਼ਾਰਾ ਕੋਈ ਨਾ ਚੱਲ ਰਿਹਾ ਇਸ਼ਾਰੇ ਕੋ ਅਗਰ ਸਮਝੋ ਰਾਜ ਕੋ ਰਾਜ ਰਹਿਣ ਦੋ ਰਾਜ ਰਵੀਰ ਚੰਡੀਗੜ੍ਹ ਕਿਉਂ ਵੀ ਪੇਸ਼ ਹੋਦਾ ਬਹੁਤ ਮਾਨ ਲਾੜਾ ਸ਼ਕਰ ਜਾਂ ਆਪਣੇ ਰੂਪ ਰੂ ਆਪਣੇ ਸਰਮਕ ਚਸ਼ਮੇ ਜੀ ਉਹ ਮਿੱਠੀ ਫੇਰੀ ਵਾਸ ਇਹ ਕਹਾਂਗਾ ਕਿ ਹਲਮਸਤ ਬਾਬੂ ਲਾਲ ਵਾਸੇ ਜੇ ਦੂਜੇ ਨੰਬਰ ਦੇ ਦਰਬਾਰੀ ਕਲਾਕਾਰ ਕਹੀਏ ਤੇ ਹਰਮੇਸ਼ ਰਸੀਲਾ ਇੱਕ ਵਾਰੀ ਸਰਕਾਰਾਂ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਲਗਾ ਦੇ ਜਿਨ੍ਹਾਂ ਦੀ ਯਾਦ ਦੇ ਵਿੱਚ ਇਕੱਤਰ ਪਏ ਆ
ਸ਼ਹਿਰ ਨਕੋਦਰ ਸਾਡਾ ਸਭ ਦੇ ਦਿਲ ਦੀਆਂ ਜਾਣੀ ਵਸ ਬਟਾਲ ਬਾਦਸ਼ਾਹੀ ਸਾਡਾ ਮੱਕਾ ਸ਼ਹਿਰ ਨਕੋਦਰ ਸਾਡਾ ਮੱਕਾ ਸ਼ਹਿਰ ਨਕੋਦਰ ਜਿਨ੍ਹਾਂ ਦੀ ਬਦੌਲਤ ਅੱਜ ਇਹਨਾਂ ਸਟੇਜਾਂ ਦੇ ਹਾਜ਼ਰੀਆਂ ਲਗਵਾ ਰਹੇ ਹਾਂ, ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਮੇਰੀਆਂ ਆਈਆਂ ਹੋਈਆਂ ਐਲਬਮਾਂ, ਜਿਨ੍ਹਾਂ ਨੂੰ ਤੁਸੀਂ ਪਿਆਰ ਬਖਸ਼ਿਆ, ਮੇਰੇ ਵੀ ਰਾਜ ਕੁਮਾਰ ਸਮਰਾ ਜੀ, ਜਿਨ੍ਹਾਂ ਵੀ ਸਾਡਾ ਸਾਰਾ ਸਮਰਾ ਪਰਿਵਾਰ ਹੈ, ਸਾਰਿਆਂ ਵੱਲੋਂ ਬਹੁਤ ਸਾਰਾ ਅਸ਼ੀਰਵਾਦ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਅਸੀਂ ਲੋਕ ਮੱਕੇ ਵਾਲੇ ਜਾਂਦੇ ਮੱਕਾ ਸ਼ਹਿਰ ਚਿੰਤਾ ਪਹਿਰਾ ਕਰਦੇ ਚਿੰਤਾ।